بسم اللہ الرحمن الرحیم، شروع کرنا لسن دے پاک نام تو جڑا بہت بڑا مہربان تے بہت رحم کرن والا ہے۔ السلام علیکم سجنوں بیلیو متروں بھراؤ، کی حال چال ہے؟ امید کردا ہاں کہ ٹھیک ہو گئے تو یار الحمدللہ میں بھی ٹھیک ٹھاک ہوں۔ سب تو پہلے تو جی میں ویلکم کرتا ہوں جی سب، بسم اللہ خوش آمدید پنجاب کھیتی باڑی چینل دے وچ کہ تھی پنجاب کھیتی باڑی چینل دیکھ رہے ہو۔ یار اج میں بھراواں لئی پھر ایک ہائی بریڈ گوبھی نو سپرے ہندی لے کے آ گیا۔ ਇਹ ਜਿਹੜੀ ਸਪਰੇਅ ਹੈ ਇਹ ਸੁੰਡੀ ਵਾਸਤੇ ਸਪਰੇਅ ਕਰ ਰਿਹਾ। ਮੈਂ ਭਾਈ ਹੁਣਾਂ ਨੂੰ ਪੁੱਛਿਆ ਸੀਗਾ, ਕਹਿ ਰਿਹਾ ਕਿ ਸੁੰਡੀ ਬਹੁਤ ਜ਼ਿਆਦਾ ਪੈ ਗਈ ਇਹਦੇ ਲਈ, ਇਸ ਵਜ੍ਹਾ ਤੋਂ ਮੈਂ ਸਪਰੇਅ ਕਰ ਰਿਹਾ। ਇਸ ਸਪਰੇਅ ਦਾ ਤੁਸੀਂ ਫੁਹਾਰਾ ਵੀ ਦੇਖ ਸਕਦੇ ਹੋ ਕਿ ਕਿੰਨਾ ਤੇਜ਼ ਆ, ਬਹੁਤ ਜ਼ਿਆਦਾ ਮਿਕਦਾਰ ਦੇ ਵਿੱਚ ਸਪਰੇਅ ਭਰਾਵੀ ਕਰ ਰਿਹਾ ਸੁੰਡੀ ਦੀ। ਮੈਨੂੰ ਲੱਗਦਾ ਕਿ ਇਸ ਫਸਲ ਨੂੰ, ਇਸ ਗੋਭੀ ਨੂੰ, ਹਾਈਬ੍ਰਿਡ ਬੀ ਨੂੰ ਸੁੰਡੀ ਕਿਤੇ ਜ਼ਿਆਦਾ ਪੈ ਗਈ ਬਾਰਿਸ਼ਾਂ ਦੀ ਵਜ੍ਹਾ ਨਾਲ। ਨਮੀ ਜਦੋਂ ਆ ਜਾਂਦੀ ਹੈ ਬਾਰਿਸ਼ਾਂ ਦੇ ਵਿੱਚ ਤਾਂ ਫਿਰ ਸੁੰਡੀ ਵਗੈਰਾ ਦਾ ਖਤਰਾ ਜਿਹੜਾ ਨਾ ਉਹ ਬਹੁਤ ਜ਼ਿਆਦਾ ਹੋ ਜਾਂਦਾ ਵਾ। ਇਹਨਾਂ ਨੂੰ ਮੈਂ ਚੰਦ ਗੱਲਾਂ ਮਤਲਬ ਪੁੱਛੀਆਂ ਸੀਗੀਆਂ ਖੜੇ ਕਰਕੇ ਕਿ ਕਿਹੜੀ ਸਪਰੇਅ ਹੈ। ਇਹਨਾਂ ਨੇ ਕੋਈ ਨਾਮ ਦੱਸਿਆ ਸੀਗਾ, ਮੇਰੇ ਜ਼ਿਹਨ 'ਚ ਨਾਮ ਨਿਕਲ ਗਿਆ ਅਤੇ ਉਹ ਸਪਰੇਅ ਸੁੰਡੀ ਵਾਸਤੇ ਹੀ ਕਰ ਰਹੇ ਆ। ਦੇਖੋ ਜੇ ਮੈਂ ਭਾਈ ਹੁਣਾਂ ਨੂੰ ਪੁੱਛ ਰਿਹਾ ਵਾਂ ਇੱਥੇ ਕਿ ਇਸ ਸਪਰੇਅ ਕਾਹਦੇ ਵਾਸਤੇ ਤੁਸੀਂ ਕਰ ਰਹੇ ਹੈ, ਇਸ ਸਪਰੇਅ ਦਾ ਮਕਸਦ ਕੀ ਆ, ਕਿਆ ਸਪਰੇਅ ਕਰਨ ਤੋਂ ਬਾਅਦ ਸਾਨੂੰ ਗੋਡੀ ਕਰਨੀ ਪਊਗੀ? ਉਹ ਕਹਿੰਦੇ ਜੀ ਬਿਲਕੁਲ, ਇਸ ਸਪਰੇਅ ਕਰਨ ਤੋਂ ਬਾਅਦ ਗੋਡੀ ਸਾਨੂੰ ਕਰਨੀ ਪੈਣੀ ਆ ਅਤੇ ਇਸ ਸਪਰੇਅ ਦਾ ਅਸਰ ਜਿਹੜਾ ਵਾ ਉਹ 2 ਤੋਂ 3 ਮਿੰਟ ਦੇ ਵਿੱਚ ਵਿੱਚ ਹੋਣਾ ਸ਼ੁਰੂ ਹੋ ਜਾਂਦਾ ਵਾ, ਕਿ ਸੁੰਡੀ ਜਿਹੜੀ ਆ 2-3 ਮਿੰਟ ਦੇ ਵਿੱਚ ਮਰਨੀ ਸ਼ੁਰੂ ਹੋ ਜਾਂਦੀ। ਲੇਕਿਨ ਪੌਦੇ ਨੂੰ ਜਾਂ ਕੋਈ ਜੜੀ ਬੂਟੀ, ਮੋਥਾ ਵਗੈਰਾ, ਕੋਈ ਡੀਲਾ ਵਗੈਰਾ ਉੱਗਿਆ ਹੋਇਆ ਵਾ, ਜੰਮਿਆ ਹੋਇਆ ਵਾ, ਉਹਨੂੰ ਕੋਈ ਨੁਕਸਾਨ ਨਹੀਂ ਹੈ। ਸਪਰੇਅ ਦੇਣ ਦੀ ਸਿਰਫ ਔਰ ਸਿਰਫ ਇਹ ਸੁੰਡੀ ਨੂੰ ਮਾਰਦੀ ਆ। ਇਹ ਸੁੰਡੀ ਦੀ ਸਪਰੇਅ ਹੋ ਰਹੀ ਸੀਗੀ ਜੀ ਅਤੇ ਮਜ਼ੀਦ ਅੱਗੇ ਮੈਂ ਆਪਣੇ ਭਰਾਵਾਂ ਨੂੰ ਸਪਰੇਅ ਹੁੰਦੀ ਵੀ ਦਿਖਾਊਂਗਾ। ਭਾਅ ਜੀ ਇਹ ਦੇਖ ਸਕਦੇ ਹਾਂ ਸਪਰੇਅ ਵਾਲੀ ਉਹ ਮਸ਼ੀਨ ਆ ਜਿਹਦੇ ਨਾਲ ਸਪਰੇਅ ਕਰ ਰਿਹਾ ਭਾਈ ਹੁਣ, ਇਹ ਦੇਖ ਸਕਦੇ ਹਾਂ ਤੁਸੀਂ। ਇਹ ਇਲੈਕਟ੍ਰੋਨਿਕ ਮਸ਼ੀਨ ਆ, ਸ਼ਾਇਦ ਇਹਦੇ ਥੱਲੇ ਕੋਈ ਪੰਪ ਜਾਂ ਕੋਈ ਕੰਪਰੈਸਰ ਵਗੈਰਾ ਲਗਾਇਆ ਵਾ, ਜਿਹਦੀ ਵਜ੍ਹਾ ਨਾਲ ਹਵਾ ਪੈਦਾ ਹੁੰਦੀ ਹੈ ਟੈਂਕੀ ਦੇ ਵਿੱਚ ਅਤੇ ਉਹ ਫੁਹਾਰਾ ਸਾਡਾ ਬਣਦਾ ਵਾ। ਅਤੇ ਹੁਣ ਇਸ ਤੋਂ ਅੱਗੇ ਭਾਈ ਉਹਨਾਂ ਨੇ ਦਵਾਈ ਪਾ ਕੇ, ਪਾਣੀ ਪਾ ਕੇ ਉਸ ਟੈਂਕੀ ਦੇ ਵਿੱਚ ਅਤੇ ਫਿਰ ਲੈ ਕੇ ਆਉਣਾ ਦੁਬਾਰਾ। ਅਤੇ ਇੰਨੀ ਕੁ ਵੀਡੀਓ ਨਾਲ ਜੀ ਆਪਣੇ ਵੀਰ ਮੁਜਾਹਦ ਗੱਟ ਵਾਲੀ ਨੂੰ ਦਿਓ ਇਜਾਜ਼ਤ। ਅਤੇ ਚੈਨਲ ਨੂੰ ਸਬਸਕ੍ਰਾਈਬ, ਲਾਈਕ, ਸ਼ੇਅਰ ਕਰਨਾ ਨਹੀਂ ਭੁੱਲਣਾ। ਦੁਆਵਾਂ 'ਚ ਆਪਣੇ ਵੀਰ ਮੁਜਾਹਦ ਗੱਟ ਵਾਲੀ ਨੂੰ ਵੀ ਯਾਦ ਰੱਖਣਾ ਅਤੇ ਯਾਰ ਆਪਣਾ ਬਹੁਤ ਸਾਰਾ ਖਿਆਲ ਰੱਖਣਾ। ਇੰਨੀ ਕੁ ਵੀਡੀਓ ਨਾਲ ਅੱਲਾਹ ਹਾਫਿਜ਼ ਜੀ, ਮਿਲਦੇ ਹਾਂ ਅਗਲੀ ਨਵੀਂ ਇੱਕ ਵੀਡੀਓ ਦੇ ਵਿੱਚ।